ਗੁਰੂ ਮਹਾਰਾਜ ਦੀ ਧਰਤੀ ਹੈ, ਬਹੁਤ ਵੱਡੇ ਪੱਧਰ 'ਤੇ ਲੋਕਾਂ ਨੇ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ। ਜਿੱਥੇ ਜਿੱਥੇ ਗਏ ਹਾਂ ਉੱਥੇ ਵੱਡਾ ਹੌਸਲਾ ਅਤੇ ਆਸ਼ੀਰਵਾਦ ਲੋਕਾਂ ਦਾ ਮਿਲਿਆ। ਤੁਸੀਂ ਦੇਖ ਰਹੇ ਹੋ ਕਿ ਕਿੰਨਾ ਭਰਮੇ ਇਕੱਠ, ਕਿੰਨੇ ਜੋਸ਼ ਸੰਗਤ ਦੇ ਵਿੱਚ ਹੈ। ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੰਗਾਰੇ ਹੋਰ ਵਧਣਗੇ, ਇਹ ਚੋਣ ਮੁਹਿੰਮ ਹੋਰ ਭਖੂਗੀ ਔਰ ਵੱਡਾ ਸੇਵਾ ਇਸ ਇਲਾਕੇ ਦੀ ਲੋਕ ਮੈਨੂੰ ਦੇਣਗੇ। ਮੁਕਾਬਲਾ ਕਿਹਦੇ ਨਾਲ ਮੰਗਦੇ ਹੋ ਖਾਸ ਤੌਰ 'ਤੇ? ਹਾਲੇ ਤਾਂ ਚੋਣ ਚਾਲੂ ਹੋਈ ਹੈ, ਅਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਇੱਥੇ ਕਿਸੇ ਦਾ ਮੁਕਾਬਲਾ ਹੁੰਦਾ ਕਿ ਨਹੀਂ ਹੁੰਦਾ। ਤੁਹਾਡੇ ਪ੍ਰੈਡੇਸੈਸਰ ਜਿਹੜੇ ਤਿਵਾੜੀ ਸਾਹਿਬ ਰਹੇ ਨੇ, ਉਸ ਤੋਂ ਪਹਿਲਾਂ ਬਿੱਟੂ ਸਾਹਿਬ, ਜਿਹੜੇ ਲੋਕਾਂ ਦੇ ਵਿੱਚ ਇਹ ਹੈ ਕਿ ਕਾਂਗਰਸ ਦੇ ਜਿੰਨੇ ਵੀ ਉਮੀਦਵਾਰ ਪਹਿਲਾਂ ਆਏ ਨੇ, ਚਾਹੇ ਜਿੱਤ ਕੇ ਗਏ ਨੇ, ਪਰ ਆਨੰਦਪੁਰ ਸਾਹਿਬ ਦੇ ਵਿੱਚ ਰਿਹਾ ਕੋਈ ਨਹੀਂ। ਨਹੀਂ, ਉਹ ਕਈ ਵਾਰ ਕਈ ਲੋਕਾਂ ਦੀ ਪਾਰਟੀ ਨੂੰ ਕਿਸੇ ਹੋਰ ਜਗ੍ਹਾ 'ਤੇ ਜ਼ਰੂਰਤ ਹੋ ਸਕਦੀ ਹੈ। ਇਸੇ ਤਰਜ਼ੀਹ ਦੇ ਉੱਪਰ ਮੈਂ ਵੀ ਲੋਕ ਸਭਾ ਸੰਗਰੂਰ ਤੋਂ MP ਸੀ ਪਹਿਲਾਂ, ਅਤੇ ਇਸ ਵਾਰ ਪਾਰਟੀ ਨੂੰ ਟਿਕਟ ਦੇ ਕੇ ਭੇਜਿਆ। ਮੇਰੀ ਤਾਂ ਇੱਕੋ ਹੀ ਸੋਚ ਰਹੂਗੀ ਕਿ ਇਸ ਇਲਾਕੇ ਦੀ ਸੇਵਾ ਸੱਚੇ ਸੁੱਚੇ ਤਰੀਕੇ ਨਾਲ ਕਰਾਂ, ਜਿਸ ਤਰ੍ਹਾਂ ਸੰਗਰੂਰ ਦੇ ਇਲਾਕੇ ਦੀ ਕੀਤੀ ਹੈ। ਇਹ ਗੁਰੂ ਮਹਾਰਾਜ ਦੀ ਧਰਤੀ ਹੈ, ਕਿਸੇ ਕਿਸੇ ਨੂੰ ਇਹ ਸੇਵਾ ਮਿਲਦੀ ਹੈ। ਪ੍ਰਾਇਓਰਿਟੀ ਕੀ ਹੈ ਤੁਹਾਡੀ, ਕੀ ਵਿਜ਼ਨ ਹੈ? ਜੋ ਵੀ ਇਸ ਇਲਾਕੇ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੋਣਗੀਆਂ, ਚਾਹੇ ਉਹ ਕੰਢੀ ਇਲਾਕੇ ਦੀਆਂ ਸਮੱਸਿਆਵਾਂ ਹੈ, ਚਾਹੇ ਇਸ ਇਲਾਕੇ ਨੂੰ ਟੂਰਿਜ਼ਮ ਦੇ ਤਹਿਤ ਡਿਵੈਲਪ ਕੀਤਾ ਜਾ ਸਕਦਾ ਹੈ, ਜਾਂ ਇਹਦੇ ਨਾਲ ਜੁੜੀਆਂ ਹੋਈਆਂ ਕੋਈ ਫਲੱਡਸ ਦੀਆਂ ਸਮੱਸਿਆਵਾਂ ਹੈ, ਪਾਣੀ ਦੀ ਮਾਰ ਦੀਆਂ ਸਮੱਸਿਆਵਾਂ ਹੈ, ਜਾਂ ਪਾਣੀ ਨੀਵੇਂ ਚਲੇ ਗਿਆ, ਡਿਪਰੇਟਿੰਗ ਵਾਟਰ ਟੇਬਲ ਹੈ, ਉਹਦੀ ਸਮੱਸਿਆ ਹੈ, ਜਾਂ ਹੋਰ ਜਿਹੜੇ ਮੁੱਦੇ ਮੇਰੇ ਧਿਆਨ 'ਚ ਸੰਗਤ ਨਾਲ ਗੱਲਬਾਤ ਕਰਕੇ ਆਉਣਗੇ, ਸਾਰੇ ਮੇਰੇ ਪ੍ਰਾਇਰਟੀ ਏਰੀਆਜ਼ ਹੋਣਗੇ ਜਿਹੜੇ ਮੁੱਦੇ ਭਾਰਤ ਸਰਕਾਰ ਨਾਲ ਜੁੜੇ ਹੋਣਗੇ, ਤਾਂ ਕਿ ਉਹਨਾਂ ਦਾ ਪੈਸਾ ਭਾਰਤ ਸਰਕਾਰ ਤੋਂ ਮਨਜ਼ੂਰ ਕਰਾ ਕੇ ਲਿਆ ਕੇ ਆਪਣੇ ਇਲਾਕੇ 'ਚ ਲਾ ਸਕਦੇ। ਸਰਕਾਰ ਦੀ ਜਿਹੜੀ ਕਾਰਗੁਜ਼ਾਰੀ 2-2.5 ਸਾਲ 'ਚ ਰਹੀ ਹੈ, ਖਾਸ ਤੌਰ 'ਤੇ ਆਨੰਦਪੁਰ ਸਾਹਿਬ ਹਲਕੇ ਦੀ ਗੱਲ ਕੀਤੀ ਜਾਵੇ, ਕਿਸ ਤਰ੍ਹਾਂ ਦੇਖਦੇ ਹੋ? ਤੁਸੀਂ ਦੇਖ ਹੀ ਰਹੇ ਹੋ ਕਿ ਹਰ ਰੋਜ਼ ਬੁਖਲਾਹਟ ਦਿਖਣ 'ਚ ਸਾਹਮਣੇ ਆ ਰਹੀ ਹੈ। ਕੱਲ੍ਹ ਚਮਕੌਰ ਸਾਹਿਬ ਦੇ ਵਿੱਚ ਇੱਕ TV ਡਿਬੇਟ 'ਤੇ ਸਾਡੇ ਬਲਾਕ ਪ੍ਰਧਾਨ ਦੇ ਉੱਪਰ ਇੱਕ ਨਜਾਇਜ਼ ਪਰਚਾ ਦੇ ਕੇ, ਜਦੋਂ ਕੋਈ ਸਵਾਲ ਜਵਾਬ ਹੋਏ ਆਪਸ 'ਚ TV ਡਿਬੇਟ ਦੇ ਉੱਪਰ, ਤਾਂ ਸਾਡੇ ਬਲਾਕ ਪ੍ਰਧਾਨ ਦੇ ਉੱਪਰ ਇੱਕ ਨਜਾਇਜ਼ ਪਰਚਾ ਦਿੱਤਾ ਔਰ ਪੂਰੀ ਰਾਤ ਉਹਨੂੰ ਅੰਦਰ ਦੇਖਿਆ ਗਿਆ, ਡੱਕਿਆ ਗਿਆ। ਤਾਂ ਕਹਿਣ ਦਾ ਮਕਸਦ ਹੈ ਕਿ ਕੋਈ ਆਦਮੀ ਇਸ ਸਰਕਾਰ ਦੇ ਖਿਲਾਫ ਬੋਲਦਾ ਜਾਂ ਆਪਣਾ ਸਵਾਲ ਰੱਖਦਾ, ਅੱਜ ਚੋਣ ਜਾਬਤਾ ਹੋਣ ਦੇ ਬਾਵਜੂਦ ਇਹ ਲੋਕ ਉਸ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਲਈ, ਜਾਂ ਕੋਈ ਆਦਮੀ ਇਹਨਾਂ ਦੇ ਰੋਡ ਸ਼ੋਅ ਦੇ ਉੱਪਰ ਆ ਕੇ ਗੱਲ ਰੱਖਦਾ, ਤਾਂ ਉਹਦੀ ਕੁੱਟਮਾਰ ਕਿਸ ਤਰੀਕੇ ਨਾਲ ਪ੍ਰਸ਼ਾਸਨ ਦੇ ਰਾਹੀਂ ਕਰਾਈ ਜਾਂਦੀ ਹੈ? ਜਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਅਸੀਂ ਹੌਸਪੀਟਲ ਦੇ ਵਿੱਚ ਆਏ ਹਾਂ, ਇਹਨਾਂ ਦੇ ਬਲਾਕ ਪ੍ਰਧਾਨ ਦੇ ਬੇਟੇ ਨੇ ਇੱਕ ਨੌਜਵਾਨ ਬੱਚੇ ਦੀ ਨੌਜਵਾਨ ਬੱਚੇ ਦੀ ਦੇ ਮੂੰਹ ਦੇ ਉੱਪਰ 4 ਜਗ੍ਹਾ ਦੇ ਉੱਪਰ ਚਾਕੂ ਮਾਰ ਕੇ ਉਹਨੂੰ ਜ਼ਖਮੀ ਕੀਤਾ ਹੋਇਆ। ਤਾਂ ਮੈਂ ਜ਼ਰੂਰ ਕਹਿਣਾ ਚਾਹੁੰਦਾ ਪੁਲਿਸ ਪ੍ਰਸ਼ਾਸਨ ਨੂੰ ਕਿ ਚੋਣ ਜ਼ਾਬਤਾ ਲੱਗਿਆ ਹੋਇਆ, ਸਾਨੂੰ ਕਿਸੇ ਸਰਕਾਰ ਦੇ ਉਹ ਡਰ ਦੇ ਵਿੱਚ ਨਹੀਂ ਆਉਣਾ ਚਾਹੀਦਾ, ਸਾਨੂੰ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਕਰਨੀ ਚਾਹੀਦੀ ਹੈ। ਜੋ ਬਣਦੀ ਧਾਰਾ ਹੈ ਉਸ ਧਾਰਾ ਨੂੰ ਇਸ ਪਰਚੇ ਦੇ ਉੱਪਰ ਇੰਕਲੂਡ ਕਰਨਾ ਚਾਹੀਦਾ, ਤਾਂ ਕਿ ਇਸ ਪਰਿਵਾਰ ਨੂੰ, ਗਰੀਬ ਪਰਿਵਾਰ ਨੂੰ ਇਨਸਾਫ ਮਿਲ ਸਕੇ। ਗੁਰੂ ਮਹਾਰਾਜ ਦੀ ਧਰਤੀ ਹੈ, ਬਹੁਤ ਵੱਡੇ ਪੱਧਰ 'ਤੇ ਲੋਕਾਂ ਨੇ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ। ਜਿੱਥੇ ਜਿੱਥੇ ਗਏ ਹਾਂ ਉੱਥੇ ਵੱਡਾ ਹੌਸਲਾ ਅਤੇ ਆਸ਼ੀਰਵਾਦ ਲੋਕਾਂ ਦਾ ਮਿਲਿਆ। ਤੁਸੀਂ ਦੇਖ ਰਹੇ ਹੋ ਕਿ ਕਿੰਨਾ ਭਰਮੇ ਇਕੱਠ, ਕਿੰਨੇ ਜੋਸ਼ ਸੰਗਤ ਦੇ ਵਿੱਚ ਹੈ। ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੰਗਾਰੇ ਹੋਰ ਵਧਣਗੇ, ਇਹ ਚੋਣ ਮੁਹਿੰਮ ਹੋਰ ਭਖੂਗੀ ਔਰ ਵੱਡਾ ਸੇਵਾ ਇਸ ਇਲਾਕੇ ਦੀ ਲੋਕ ਮੈਨੂੰ ਦੇਣਗੇ। ਮੁਕਾਬਲਾ ਕਿਹਦੇ ਨਾਲ ਮੰਗਦੇ ਹੋ ਖਾਸ ਤੌਰ 'ਤੇ? ਹਾਲੇ ਤਾਂ ਚੋਣ ਚਾਲੂ ਹੋਈ ਹੈ, ਅਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਇੱਥੇ ਕਿਸੇ ਦਾ ਮੁਕਾਬਲਾ ਹੁੰਦਾ ਕਿ ਨਹੀਂ ਹੁੰਦਾ। ਤੁਹਾਡੇ ਪ੍ਰੈਡੇਸੈਸਰ ਜਿਹੜੇ ਤਿਵਾੜੀ ਸਾਹਿਬ ਰਹੇ ਨੇ, ਉਸ ਤੋਂ ਪਹਿਲਾਂ ਬਿੱਟੂ ਸਾਹਿਬ, ਜਿਹੜੇ ਲੋਕਾਂ ਦੇ ਵਿੱਚ ਇਹ ਹੈ ਕਿ ਕਾਂਗਰਸ ਦੇ ਜਿੰਨੇ ਵੀ ਉਮੀਦਵਾਰ ਪਹਿਲਾਂ ਆਏ ਨੇ, ਚਾਹੇ ਜਿੱਤ ਕੇ ਗਏ ਨੇ, ਪਰ ਆਨੰਦਪੁਰ ਸਾਹਿਬ ਦੇ ਵਿੱਚ ਰਿਹਾ ਕੋਈ ਨਹੀਂ। ਨਹੀਂ, ਉਹ ਕਈ ਵਾਰ ਕਈ ਲੋਕਾਂ ਦੀ ਪਾਰਟੀ ਨੂੰ ਕਿਸੇ ਹੋਰ ਜਗ੍ਹਾ 'ਤੇ ਜ਼ਰੂਰਤ ਹੋ ਸਕਦੀ ਹੈ। ਇਸੇ ਤਰਜ਼ੀਹ ਦੇ ਉੱਪਰ ਮੈਂ ਵੀ ਲੋਕ ਸਭਾ ਸੰਗਰੂਰ ਤੋਂ MP ਸੀ ਪਹਿਲਾਂ, ਅਤੇ ਇਸ ਵਾਰ ਪਾਰਟੀ ਨੂੰ ਟਿਕਟ ਦੇ ਕੇ ਭੇਜਿਆ। ਮੇਰੀ ਤਾਂ ਇੱਕੋ ਹੀ ਸੋਚ ਰਹੂਗੀ ਕਿ ਇਸ ਇਲਾਕੇ ਦੀ ਸੇਵਾ ਸੱਚੇ ਸੁੱਚੇ ਤਰੀਕੇ ਨਾਲ ਕਰਾਂ, ਜਿਸ ਤਰ੍ਹਾਂ ਸੰਗਰੂਰ ਦੇ ਇਲਾਕੇ ਦੀ ਕੀਤੀ ਹੈ। ਇਹ ਗੁਰੂ ਮਹਾਰਾਜ ਦੀ ਧਰਤੀ ਹੈ,
ਕਿਸੇ ਕਿਸੇ ਨੂੰ ਇਹ ਸੇਵਾ ਮਿਲਦੀ ਹੈ। ਪ੍ਰਾਇਓਰਿਟੀ ਕੀ ਹੈ ਤੁਹਾਡੀ, ਕੀ ਵਿਜ਼ਨ ਹੈ? ਜੋ ਵੀ ਇਸ ਇਲਾਕੇ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੋਣਗੀਆਂ, ਚਾਹੇ ਉਹ ਕੰਢੀ ਇਲਾਕੇ ਦੀਆਂ ਸਮੱਸਿਆਵਾਂ, ਚਾਹੇ ਇਸ ਇਲਾਕੇ ਨੂੰ ਟੂਰਿਜ਼ਮ ਦੇ ਤਹਿਤ ਡਿਵੈਲਪ ਕੀਤਾ ਜਾ ਸਕਦਾ, ਜਾਂ ਇਹਦੇ ਨਾਲ ਜੁੜੀਆਂ ਹੋਈਆਂ ਕੋਈ ਫਲੱਡਸ ਦੀਆਂ ਸਮੱਸਿਆਵਾਂ ਹੈ, ਪਾਣੀ ਦੀ ਮਾਰ ਦੀਆਂ ਸਮੱਸਿਆਵਾਂ ਹੈ, ਜਾਂ ਪਾਣੀ ਨੀਵੇਂ ਚਲੇ ਗਿਆ, ਡਿਪਰੇਟਿੰਗ ਵਾਟਰ ਟੇਬਲ ਹੈ ਉਹਦੀ ਸਮੱਸਿਆ ਹੈ, ਜਾਂ ਹੋਰ ਜਿਹੜੇ ਮੁੱਦੇ ਮੇਰੇ ਧਿਆਨ 'ਚ ਸੰਗਤ ਨਾਲ ਗੱਲਬਾਤ ਕਰਕੇ ਆਉਣਗੇ, ਸਾਰੇ ਮੇਰੇ ਪ੍ਰਾਇਰਟੀ ਏਰੀਆਜ਼ ਹੋਣਗੇ ਜਿਹੜੇ ਮੁੱਦੇ ਭਾਰਤ ਸਰਕਾਰ ਨਾਲ ਜੁੜੇ ਹੋਣਗੇ, ਤਾਂ ਕਿ ਉਹਨਾਂ ਦਾ ਪੈਸਾ ਭਾਰਤ ਸਰਕਾਰ ਤੋਂ ਮਨਜ਼ੂਰ ਕਰਾ ਕੇ ਲਿਆ ਕੇ ਆਪਣੇ ਇਲਾਕੇ 'ਚ ਲਾ ਸਕਦੇ। ਸਰਕਾਰ ਦੀ ਜਿਹੜੀ ਕਾਰਗੁਜ਼ਾਰੀ 2-2.5 ਸਾਲ 'ਚ ਰਹੀ ਹੈ, ਖਾਸ ਤੌਰ 'ਤੇ ਅਨੰਦਪੁਰ ਸਾਹਿਬ ਹਲਕੇ ਦੀ ਗੱਲ ਕੀਤੀ ਜਾਵੇ, ਕਿਸ ਤਰ੍ਹਾਂ ਦੇਖਦੇ ਹੋ? ਤੁਸੀਂ ਦੇਖ ਹੀ ਰਹੇ ਹੋ ਕਿ ਹਰ ਰੋਜ਼ ਬੁਖਲਾਹਟ ਦਿਖਣ 'ਚ ਸਾਹਮਣੇ ਆ ਰਹੀ ਹੈ। ਕੱਲ੍ਹ ਚਮਕੌਰ ਸਾਹਿਬ ਦੇ ਵਿੱਚ ਇੱਕ TV ਡਿਬੇਟ 'ਤੇ ਸਾਡੇ ਬਲਾਕ ਪ੍ਰਧਾਨ ਦੇ ਉੱਪਰ ਇੱਕ ਨਜਾਇਜ਼ ਪਰਚਾ ਦੇ ਕੇ, ਜਦੋਂ ਕੋਈ ਸਵਾਲ ਜਵਾਬ ਹੋਏ ਆਪਸ 'ਚ TV ਡਿਬੇਟ ਦੇ ਉੱਪਰ, ਤਾਂ ਸਾਡੇ ਬਲਾਕ ਪ੍ਰਧਾਨ ਦੇ ਉੱਪਰ ਇੱਕ ਨਜਾਇਜ਼ ਪਰਚਾ ਦਿੱਤਾ ਔਰ ਪੂਰੀ ਰਾਤ ਉਹਨੂੰ ਅੰਦਰ ਦੇਖਿਆ ਗਿਆ, ਡੱਕਿਆ ਗਿਆ। ਤਾਂ ਕਹਿਣ ਦਾ ਮਕਸਦ ਹੈ ਕਿ ਕੋਈ ਆਦਮੀ ਇਸ ਸਰਕਾਰ ਦੇ ਖਿਲਾਫ ਬੋਲਦਾ ਜਾਂ ਆਪਣਾ ਸਵਾਲ ਰੱਖਦਾ, ਅੱਜ ਚੋਣ ਜਾਬਤਾ ਹੋਣ ਦੇ ਬਾਵਜੂਦ ਇਹ ਲੋਕ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਲਈ, ਜਾਂ ਕੋਈ ਆਦਮੀ ਇਹਨਾਂ ਦੇ ਰੋਡ ਸ਼ੋਅ ਦੇ ਉੱਪਰ ਆ ਕੇ ਗੱਲ ਰੱਖਦਾ, ਤਾਂ ਉਹਦੀ ਕੁੱਟਮਾਰ ਕਿਸ ਤਰੀਕੇ ਨਾਲ ਪ੍ਰਸ਼ਾਸਨ ਦੇ ਰਾਹੀਂ ਕਰਾਈ ਜਾਂਦੀ ਹੈ? ਜਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਅਸੀਂ ਹੋਸਪਿਟਲ ਦੇ ਵਿੱਚ ਆਏ ਹਾਂ, ਇਹਨਾਂ ਦੇ ਬਲਾਕ ਪ੍ਰਧਾਨ ਦੇ ਬੇਟੇ ਨੇ ਇੱਕ ਨੌਜਵਾਨ ਬੱਚੇ ਦੀ ਦੇ ਮੂੰਹ ਦੇ ਉੱਪਰ 4 ਜਗ੍ਹਾ ਦੇ ਉੱਪਰ ਚਾਕੂ ਮਾਰ ਕੇ ਉਹਨੂੰ ਜ਼ਖਮੀ ਕੀਤਾ ਹੋਇਆ। ਤਾਂ ਮੈਂ ਜ਼ਰੂਰ ਕਹਿਣਾ ਚਾਹੁੰਦਾ ਪੁਲਿਸ ਪ੍ਰਸ਼ਾਸਨ ਨੂੰ ਕਿ ਚੋਣ ਜ਼ਾਬਤਾ ਲੱਗਿਆ ਹੋਇਆ, ਸਾਨੂੰ ਕਿਸੇ ਸਰਕਾਰ ਦੇ ਉਹ ਡਰ ਦੇ ਵਿੱਚ ਨਹੀਂ ਆਉਣਾ ਚਾਹੀਦਾ, ਸਾਨੂੰ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਕਰਨੀ ਚਾਹੀਦੀ ਹੈ। ਜੋ ਬਣਦੀ ਧਾਰਾ ਹੈ ਉਸ ਧਾਰਾ ਨੂੰ ਇਸ ਪਰਚੇ ਦੇ ਉੱਪਰ ਇੰਕਲੂਡ ਕਰਨਾ ਚਾਹੀਦਾ, ਤਾਂ ਕਿ ਇਸ ਪਰਿਵਾਰ ਨੂੰ, ਗਰੀਬ ਪਰਿਵਾਰ ਨੂੰ ਇਨਸਾਫ ਮਿਲ ਸਕੇ।